ਬੀਤੇ ਦਿਨੇ ਸੁੱਖ ਰਤੀਆ ਅਤੇ ਮਨਜੀਤ ਕੌਰ ਦਾ ਮੁੱਦਾ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਸੀ ਨੈੱਟ ਦੇ ਉੱਤੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ। ਅਤੇ ਇਸ ਦੇ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਬਾਜ ਆ ਜਾਓ ਤੁਸੀਂ ਨੈੱਟ 'ਤੇ ਗਾਲੀ ਗਲੋਚ ਇੱਦਾਂ ਦਾ ਨਾ ਕਰੋ, ਪਰ ਇਹ ਨਹੀਂ ਸੈੱਟ ਆਏ। ਅਤੇ ਉਸ ਤੋਂ ਬਾਅਦ ਕੀਰਤ ਨੇ ਕਿਸੇ ਬੰਦੇ ਨੂੰ ਕਹਿ ਰਿਹਾ ਕਿ ਮੈਂ ਅੰਮ੍ਰਿਤਪਾਲ ਮਹਿਰੋ ਨੂੰ ਇੱਦਾਂ ਕਰੂੰਗਾ ਉੱਦਾਂ ਕਰੂੰਗਾ, ਅਤੇ ਮੈਂ ਤਾਂ ਬਹੁਤ ਬੰਦੇ ਇੱਦਾਂ ਸੈੱਟ ਕੀਤੇ ਆ, 50,000 ਰੁਪਈਆ ਦੇ ਕੇ ਮੈਂ ਇੱਦਾਂ ਗੇਮ ਪਵਾ ਦਿੰਦਾ ਬੰਦਿਆਂ ਦੀ, ਅਤੇ ਮੈਂ ਕਿਸੇ ਦੇ 20 ਲੱਖ ਰੁਪਈਆ ਦੱਬ ਲਿਆ ਸੀ, ਮੈਂ ਤਾਂ ਉਹਨੂੰ ਸੈੱਟ ਕਰਤਾ ਜੀ, ਇਹ ਤਾਂ ਚੀਜ਼ ਕੀ ਹੈ। ਬਸ ਫਿਰ ਕੀ ਦੋਸਤੋ, ਅੰਮ੍ਰਿਤਪਾਲ ਸਿੰਘ ਮਹਿਰੋ ਨੇ ਫੜਿਆ ਜਹਾਜ਼ ਅਤੇ ਹੋ ਗਏ ਸਿੱਧਾ ਰਵਾਨਾ ਬੰਬੇ ਨੂੰ। ਅਤੇ ਕੀ ਆ ਅੱਗੇ ਦੀ ਵੀਡੀਓ ਆ ਚੈੱਕ ਕਰ ਲਓ ਤੁਸੀਂ, ਆ ਬੈਠਾ ਬੰਦਾ ਮਾਫੀਆਂ ਮੰਗੀ ਜਾਂਦਾ। ਬੰਦੂਕ ਤੇ ਬਾਜੇ ਚ ਬੜਾ ਫਰਕ ਹੁੰਦਾ, ਬਾਜਾ ਫੜ ਕੇ ਗੈਕ ਬਣ, ਬੰਦੂਕ ਫੜ ਕੇ ਗੈਂਗਸਟਰ ਬਣਨ ਦੀ ਕੋਸ਼ਿਸ਼ ਨਾ ਕਰ।